ਸਾਡੇ ਲਈ ਬਹੁਤ ਜ਼ਰੂਰੀ ਹੈ। ਪ੍ਰਾਰਥਨਾ ਕਰਨੀ ਕੀ ਹੈ? ਸਾਡੇ ਲਈ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਔਰ ਜਦੋਂ ਜਬੂਰਾਂ ਦੀ ਪੋਥੀ ਪੜ੍ਹਦੇ ਹਾਂ ਤੇ ਦਾਊਦ ਨੇ ਕਈ ਤਰੀਕਿਆਂ ਦੇ ਨਾਲ ਪ੍ਰਾਰਥਨਾ ਦੇ ਬਾਰੇ ਦੱਸਿਆ ਹੈ ਕਿ ਦਾਊਦ ਕਿਸ ਕਿਸ ਤਰੀਕੇ ਦੇ ਨਾਲ ਪਰਮੇਸ਼ਵਰ ਦੇ ਕੋਲੋਂ ਮੰਗਦਾ ਸੀਗਾ, ਦਾਊਦ ਕਿਸ ਕਿਸ ਤਰੀਕੇ ਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਦਾ ਹੁੰਦਾ ਸੀ। ਔਰ ਪਰਮੇਸ਼ਵਰ ਭੈਣ ਕੋ ਇਸ ਜਗ੍ਹਾ ਤੇ ਪ੍ਰਭੂ ਯਿਸੂ ਮਸੀਹ ਨੇ ਬੜੇ ਜ਼ੋਰ ਦੇ ਨਾਲ ਕਿਹਾ ਹੈ, ਜਾਗੋ ਤੇ ਪ੍ਰਾਰਥਨਾ ਕਰੋ ਤਾਂ ਕਿ ਤੁਸੀਂ ਪਰਤਾਵੇ ਦੇ ਵਿੱਚ ਨਾ ਆਓ। ਬਿਨਾਂ ਪ੍ਰਾਰਥਨਾ ਤੋਂ ਪਰਮੇਸ਼ਰ ਕਹਿ ਲਓ ਕੋ ਹਰ ਇੱਕ ਇਨਸਾਨ ਜਿਹੜਾ ਹੈ ਉਹ ਪਰਤਾਵੇ ਦੇ ਵਿੱਚ ਪੈ ਸਕਦਾ ਹੈ। ਬਿਨਾਂ ਪ੍ਰਾਰਥਨਾ ਤੋਂ ਪਰਮੇਸ਼ਰ ਕਹਿ ਲਓ ਕੋ ਇਨਸਾਨ ਜਿਹੜਾ ਹੈ ਉਹ ਬਿਮਾਰੀਆਂ ਦੇ ਵਿੱਚ ਜਾ ਸਕਦਾ ਹੈ। ਅਗਰ ਇਨਸਾਨ ਪ੍ਰਾਰਥਨਾ ਨਹੀਂ ਕਰੇਗਾ, ਅਗਰ ਇਨਸਾਨ ਪਰਮੇਸ਼ਰ ਪਹਿਲੋਂ ਕੋ ਦੁਆ ਨਹੀਂ ਕਰੇਗਾ, ਅਗਰ ਪਰਮੇਸ਼ਰ ਪਹਿਲੋਂ ਕੋ ਇਨਸਾਨ ਅਰਦਾਸ ਨਹੀਂ ਕਰੇਗਾ ਤੇ ਸ਼ੈਤਾਨ ਕਿਸੇ ਵੀ ਟਾਈਮ ਤੁਹਾਨੂੰ ਘੇਰ ਸਕਦਾ ਹੈ, ਸ਼ੈਤਾਨ ਕਿਸੇ ਵੀ ਟਾਈਮ ਤੁਹਾਡੇ ਉੱਤੇ ਆਪਣਾ ਵਾਰ ਜਿਹੜਾ ਕਰ ਸਕਦਾ ਹੈ। ਪ੍ਰਭੂ ਯਿਸੂ ਮਸੀਹ ਨੇ ਇਸੇ ਕਰਕੇ ਬਾਰ ਬਾਰ ਪ੍ਰਾਰਥਨਾ ਦੇ ਉੱਤੇ ਜ਼ੋਰ ਦਿੱਤਾ ਹੈ। ਪ੍ਰਭੂ ਯਿਸੂ ਮਸੀਹ ਧਰਤੀ ਦੇ ਉੱਤੇ ਆਏ ਪਰ ਪਰਮੇਸ਼ਰ ਪਹਿਲੋਂ ਕੋ ਉਸਨੇ ਆਪਣੇ ਪ੍ਰਾਰਥਨਾ ਕਰਨ ਦਾ ਤਰੀਕਾ ਜਿਹੜਾ ਉਹਨੇ ਬਦਲਿਆ ਨਹੀਂ। ਉਹਨੇ ਸਾਰੀ ਰਾਤ ਉਹ ਪ੍ਰਾਰਥਨਾ ਕਰਦਾ ਹੁੰਦਾ ਸੀ। ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ ਤੇ ਕਈ ਵਾਰੀ ਦੇਖਦੇ ਹਾਂ ਕਿ ਤੜਕੇ ਸੁਬਾ ਪਰਮੇਸ਼ਰ ਪਹਿਲੋਂ ਕੋ ਪ੍ਰਭੂ ਯਿਸੂ ਮਸੀਹ ਬੋਰ ਦੇ ਸਮੇਂ ਕੀ ਕਰਦਾ ਹੁੰਦਾ ਸੀ? ਪ੍ਰਾਰਥਨਾ ਕਰਦਾ ਹੁੰਦਾ ਸੀ, ਆਪਣੇ ਆਪ ਨੂੰ ਅਭਿਸ਼ੇਕ ਨਾਲ ਭਰਦਾ ਸੀ, ਆਪਣੇ ਆਪ ਨੂੰ ਸਮਰਥ ਨਾਲ ਭਰਦਾ ਸੀ, ਆਪਣੇ ਆਪ ਨੂੰ ਪਰਮੇਸ਼ਰ ਕਹਿਣ ਕੋ ਉਹ ਤਰੋ ਤਾਜ਼ਾ ਕਰਦਾ ਹੁੰਦਾ ਸੀ। ਇਸੇ ਤਰ੍ਹਾਂ ਪ੍ਰਾਰਥਨਾ ਤੋਂ ਬਿਨਾਂ ਜਿਹੜਾ ਰਹਿਣਾ ਆ ਉਹ ਸਾਡੇ ਲਈ ਕੀ ਹੈ? ਬਹੁਤ ਹੈ। ਜੇ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਨਿਭਾਉਂਦੇ, ਜੇ ਅਸੀਂ ਆਪਣੇ ਆਪ ਲਈ ਨਹੀਂ ਪ੍ਰਾਰਥਨਾ ਕਰਦੇ, ਜੇ ਅਸੀਂ ਆਪਣੇ ਪਰਿਵਾਰ ਲਈ ਪ੍ਰਾਰਥਨਾ ਨਹੀਂ ਕਰਦੇ, ਜੇ ਅਸੀਂ ਆਪਣੇ ਪਰਮੇਸ਼ਰ ਪਹਿਲੋਂ ਕੋ ਪਤਨੀ ਲਈ ਜਾਂ ਪਤੀ ਲਈ ਜਾਂ ਆਪਣੇ ਬੱਚਿਆਂ ਲਈ ਪ੍ਰਾਰਥਨਾ ਨਹੀਂ ਕਰਦੇ ਤੇ ਇਹ ਵੀ ਕੀ ਆ? ਸਾਡੇ ਲਈ ਤੁਹਾਡੇ ਘਰ ਦੇ ਵਿੱਚ ਪਰਮੇਸ਼ਰ ਪਹਿਲੋਂ ਕੋ ਇੱਕ ਵੀ ਇਨਸਾਨ ਪ੍ਰਾਰਥਨਾ ਤੋਂ ਬਿਨਾਂ ਰਹਿ ਗਿਆ ਤੇ ਪਰਮੇਸ਼ਰ ਪਹਿਲੋਂ ਕੋ ਸ਼ੈਤਾਨ ਨੇ ਉਸਦੇ ਜੀਵਨ ਦੇ ਦੁਆਰਾ ਸਾਰੇ ਘਰ ਨੂੰ ਕੀ ਕਰ ਦੇਣਾ? ਉਜਾੜ ਦੇਣਾ।